ਤੇ ਇੱਕ ਸੋਚ ਰਿਹਾ ਟਿੰਟਡ ਗਲਾਸਸ ਇਹ ਕੀਤੀ ਕਹਿੰਦਾ ਤੂੰ ਚੌਂਕ ਚ ਆਇਆ ਕਹਿੰਦਾ ਚੌਂਕ ਚ ਕੋਈ ਤੁਰੇ ਆ ਰਿਹਾ ਹੈ ਕਰਤਾ ਇਹ ਬੰਦੇ ਨੇ ਉਹੀ ਕੰਮ ਜਿਹੜਾ ਇਹ ਸ਼ੁਰੂ ਤੋਂ ਕਰਦਾ ਆ ਰਿਹਾ ਉਹ ਲੈ ਅੱਜ ਫੇਰ ਬਲੌਗ ਚੱਕੇ ਤੇ ਫੋਨ ਨਾ ਗੱਡੀ ਬਾੜੀ ਕਿੱਥੇ ਸੀ ਐਦਾਂ ਦਾ ਤੇ ਇੰਨੀ ਵੀਡੀਓ ਬਾਈ ਗੱਡੀ ਸਾਫ਼ ਕਰਾ ਲਈ ਆ ਹੁਣ ਓਕੇ ਰਿਪੋਰਟ ਹੋ ਗਈ ਦੀ ਸੋਚ ਰਿਹਾ ਮੈਂ ਹੇਅਰ ਸਟਾਈਲ ਚੇਂਜ ਕਰ ਰਿਹਾ ਪਹਿਲੀ ਗੱਲ ਓਕੇ ਲੱਗੂ ਨਾ ਗੰਜ ਨਹੀਂ ਕਹਿ ਸਕਦੇ ਬਰੋ ਉਹਨੂੰ ਹੇਅਰ ਸਟਾਈਲ ਆ ਉਹ ਨਹੀਂ ਯਾਰ ਬਹੁਤ ਤੰਗ ਕੀਤਾ ਵਾਲ ਤੰਗ ਕਰ ਰਹੇ ਨੇ ਐਕਚੁਅਲੀ ਰਫ ਵੀ ਹੋਏ ਪਏ ਨੇ ਨਾ ਇੱਕ ਅੱਧੀ ਵਾਰ ਛੋਟੇ ਕਰਾ ਲੈਣੇ ਚਾਹੀਦੇ ਨੇ ਬੰਦੇ ਨੂੰ ਸਾਲ ਚ ਇਹ ਕਹਿੰਦਾ ਮੈਨੂੰ ਘਰੇ ਕੰਮ ਹੈ ਇਹ ਘਰੇ ਜਾ ਰਿਹਾ ਹੈਗਾ ਇਹਨੇ ਪ੍ਰੋਮਿਸ ਕੀਤਾ ਮੈਨੂੰ ਵੀ 2 ਘੰਟੇ ਚ ਵਾਪਸ ਆ ਜੂ ਇਹ ਬੰਦੇ ਦਾ ਬਾਕੀ ਤੁਹਾਨੂੰ ਪਤਾ ਹੀ ਹੈ ਟਰਸਟ ਇਹਦੇ ਨਾਲ ਬਹੁਤ ਟਰਸਟ ਇਸ਼ੂਜ਼ ਨੇ ਮੇਰੇ ਵਾਲਾ ਕੰਮ ਹੈ ਤੇ ਬਾਕੀ ਉਹੀ ਗੱਲ ਆ ਆਪਦੇ ਰਿਸਕ ਤੇ ਤੁਸੀਂ ਕਰਾ ਸਕਦੇ ਹੋ ਬਾਈ ਕੋਈ ਚੱਕਰ ਨਹੀਂ ਹੈਗਾ ਆਪਾਂ ਉਹਦੇ ਰਿਸਕ ਤੇ ਕਰਾਓ ਆਪਾਂ ਕੋਈ ਇਹਨੂੰ ਪ੍ਰਮੋਟ ਨਹੀਂ ਕਰਦਾ ਕਈ ਇੱਧਰ ਪਿਆ ਆ ਸਾਨੂੰ ਦੇਖ ਰਿਹਾ ਬਲੌਗ ਬਣਾ ਰਿਹਾ ਤੇਰਾ ਬਲੌਗ ਚ ਆ ਰਿਹਾ ਤੂੰ ਬਰੋ ਇੱਕ ਵਾਰ ਤੁਸੀਂ ਗੱਡੀ ਚੈੱਕ ਕਰ ਲਓ ਆ ਨੀਚੇ ਨੀਲੇ ਰੰਗ ਜਾਣ ਕੇ ਜੋ ਲੰਘਦੇ ਨੇ ਅੱਖੋਂ ਇੱਕ ਤਾਣ ਕੇ ਨਹੀਂ ਹੋਰ ਪਹਿਲਾਂ ਚੰਗੀ ਤਰ੍ਹਾਂ ਜੱਗੀ ਬਾਰੇ ਜਾਣ ਕੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਹੋਪ ਸੋ ਸਾਰੇ ਵਧੀਆ ਹੋਵੋਗੇ ਤੇ ਪਿਛਲੇ ਵੀਕ ਆਪਣਾ ਕੋਈ ਬਲੌਗ ਆਇਆ ਨਹੀਂ ਹੈਗਾ ਕਿਉਂਕਿ ਮੈਂ ਥੋੜਾ ਬਿਜ਼ੀ ਚੱਲ ਰਿਹਾ ਸੀ ਇੱਕ ਤਾਂ ਮੈਂ 3 ਦਿਨ ਪਹਿਲਾਂ ਇੱਥੇ ਕੰਮਾਂ ਕਰਾਂ ਚ ਬਿਜ਼ੀ ਸੀ 3 ਦਿਨ ਫਿਰ ਮੈਂ ਚੰਡੀਗੜ੍ਹ ਚੱਲ ਗਿਆ ਬਾਕੀ ਤੁਸੀਂ ਅਪਡੇਟ ਲੈਣ ਲਈ ਨਵੀਂ ਤੋਂ ਨਵੀਂ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ jagginath_ ਤੇ ਅੱਜ ਆਪਾਂ ਨੂੰ ਥੋੜਾ ਜਿਹਾ ਫ੍ਰੀ ਟਾਈਮ ਲੱਗਿਆ ਤੇ ਅੱਜ ਆਪਾਂ ਹਾਰਨ ਲਾਈਟਾਂ ਨੀਚੇ ਤੇ ਇੱਕ ਸੋਚ ਰਿਹਾ ਟਿੰਟਡ ਗਲਾਸਸ ਇਹ ਤਾਂ ਜ਼ਰੂਰੀ ਨੇ ਉਹ ਸੀਰੀਅਸਲੀ ਲੋਕ ਬਹੁਤ ਮਤਲਬ ਅਲੱਗ ਜਿਹੇ ਤਰੀਕੇ ਨਾਲ ਦੇਖਦੇ ਆ ਤੇ ਖੁਦ ਨੂੰ ਸ਼ਰਮ ਜੀ ਆਉਣ ਲੱਗ ਜਾਂਦੀ ਆ ਤਾਂ ਕਰਕੇ ਸੋਚਿਆ ਵੀ ਟਿੰਟਡ ਗਲਾਸਸ ਤਾਂ ਜ਼ਰੂਰੀ ਨੇ ਹੁਣ ਆਪਾਂ ਚੱਲੇ ਆ ਮੂਰੇ ਬਾਕੀ ਘਾਵਦੀ ਨੂੰ ਕਾਲ ਕੀਤੀ ਹੋਈ ਆ ਵੀ ਆ ਜਾ ਬਾਕੀ ਤੁਹਾਨੂੰ ਦਾ ਪਤਾ ਵਿੱਚ ਮੁੰਡਾ ਧੋਖਾ ਵੀ ਦੇ ਜਾਂਦਾ ਕਦੇ ਕਦੇ ਫੋਨ ਚੱਕਣ ਵੜ ਜਾਂਦਾ ਪਰ ਕੋਈ ਨਹੀਂ ਆਪਾਂ ਜਾ ਕੇ ਤੁਹਾਨੂੰ ਦਿਖਾਉਣੇ ਆ ਨੀਚੇ ਲਾਈਟਾਂ ਲਾਵਾਂਗੇ ਪਰਪਲ ਕਲਰ ਦੀਆਂ ਐਂਡ ਤੇ ਹਾਰਨ ਤੇ ਇੱਕ ਟਿੰਟ ਸੋਚਿਆ ਲਓ ਜੀ ਦਿਨ ਦੀ ਸ਼ੁਰੂਆਤ ਲਈ ਇੱਕ ਵਾਰ ਮੁੰਡੇ ਸਟੋਰ ਤੇ ਪਹੁੰਚ ਚੁੱਕੇ ਨੇ ਇੱਥੇ ਹੁਣ ਕਾਲਦੀ ਦੀ ਵੇਟ ਕਰਦੇ ਆ ਫਿਰ ਚੱਲਦੇ ਆ ਕੰਮ ਕਰਾਉਣ ਇਹ ਬੰਦੇ ਨੇ ਮੈਨੂੰ ਆਉਣ ਸਾਰ ਪਤਾ ਕੀ ਡਿਮਾਂਡ ਕੀਤੀ ਕਹਿੰਦਾ ਤੂੰ ਚੌਂਕ ਚ ਆਇਆ ਕਹਿੰਦਾ ਚੌਂਕ ਚ ਕੋਈ ਤੁਰੇ ਆ ਰਿਹਾ ਇਹ ਬੰਦੇ ਦੀਆਂ ਡਿਮਾਂਡਾਂ ਦੇਖ ਲਓ ਕਹੇ ਜੀ ਇਹ ਜਮਾ ਕੰਮ ਦੇ ਬੰਦੇ ਨਹੀਂ ਹੈਗੇ ਆ ਸਿਰੇ ਦਾ ਬਹੁਤ ਮਾੜਾ ਇਨਸਾਨ ਆ ਇਹ ਬੰਦਾ ਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰਤੀ ਹਾਂ ਮੇਰੀ ਗੁੱਡ ਮਾਰਨਿੰਗ ਹੋ ਗਈ ਆ ਇਹਦੀ ਹੁਣ ਸੁਣ ਲਓ ਬਾਈ ਇਹਦੀ ਵੀ ਸੁਣ ਲਓ ਤੂੰ ਤਾਂ ਫਾਰਮਲ ਬੂਟ ਪਾ ਕੇ ਤੁਰਦਾ ਨਹੀਂ ਨਾਲੇ ਬਾਈ ਆ ਮੁੰਡਾ ਚਾਹ ਬਣਾ ਰਿਹਾ ਇਹ ਸਾਡੀ ਸੇਵਾ ਕਰੂਗਾ ਚਾਹ ਦੀ ਬਹੁਤ ਲਓ ਜੀ ਕਰਤਾ ਇਹ ਬੰਦੇ ਨੇ ਉਹੀ ਕੰਮ ਜਿਹੜਾ ਇਹ ਸ਼ੁਰੂ ਤੋਂ ਕਰਦਾ ਆ ਰਿਹਾ ਉਹ ਲੈ ਅੱਜ ਫੇਰ ਬਲੌਗ ਚੱਕੇ ਤੇ ਫੋਨ ਬਾਈ ਮੇਰੀ ਗੱਲ ਸੁਣੋ ਮੈਂ ਸਾਈਡ ਤੇ ਸਕਰੀਨਸ਼ਾਟ ਪਾਉਂ ਚੈੱਕ ਕਰ ਲਿਓ ਮੈਨੂੰ ਕਿੰਨੇ ਫੋਨ ਲਾਏ ਨੇ ਇਹਨੇ ਫੋਨ ਨਹੀਂ ਚੱਕਿਆ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਆਪਣੇ ਇਲੈਕਟ੍ਰੀਸ਼ੀਅਨ ਦੇ ਇਹਦੇ ਉੱਪਰ ਪੱਕਾ ਕੰਮ ਤਾਂ ਕਰਾਉਣੇ ਆ ਕਿਉਂਕਿ ਟੂ ਮੱਚ ਮੋਡੀਫਿਕੇਸ਼ਨ ਇਜ਼ ਇਕਵਲ ਟੂ ਟੂ ਮੱਚ ਵਾਇਰਿੰਗ ਇਹਦੇ ਉੱਪਰ ਸਾਰਾ ਕੰਮ ਇਹਦੇ ਕਰਾਉਣੇ ਆ ਇਹਨੂੰ ਕੱਲੀ ਕੱਲੀ ਵਾਇਰ ਪਤਾ ਕਿਹੜੀ ਕਿੱਥੇ ਆ ਕਿਹੜੀ ਕਿੱਥੇ ਆ ਨਾ ਗੱਡੀ ਬਾੜੀ ਕਿੱਥੇ ਸੀ ਐਦਾਂ ਦਾ ਤੇ ਦਿਲ ਵੀਡੀਓ ਬਾਈ ਗੱਡੀ ਬਾਈ ਟਾਇਰ ਸੱਟੇ ਮਾਰਦੇ ਨੇ ਚਾਕੇ ਮਾਰਦੇ ਨੇ ਬਾਹਰ ਨੇ ਟਾਇਰ ਚੜਾਈ ਆ ਬਾਈ ਦੀ ਹੋਰ ਕੀ ਹਾਲ ਚਾਲ ਆ ਵਧੀਆ ਓਕੇ ਆ ਬਾਈ ਚਾਲ ਵਧੀਆ ਓਕੇ ਠੀਕ ਆ ਸਾਨੂੰ ਹੁਣ ਫਿਲਹਾਲ ਤਾਰ ਨਹੀਂ ਮਿਲੀ ਹੈਗੀ ਜਿਹੜੀ ਇਹ ਭਾਲਦੇ ਨੇ ਅਸੀਂ ਉਹ ਤਾਰ ਲੈਣ ਚੱਲਿਆ ਕਹਿੰਦਾ ਅੱਗੇ ਸ਼ਾਪ ਤੋਂ ਮਿਲੂਗੀ ਤਾਰ ਲਿਆ ਕੇ ਫਿਰ ਇਹਤੋਂ ਲਾਈਟਾਂ ਫਿੱਟ ਕਰਾਉਣੇ ਆਪਾਂ ਲਓ ਜੀ ਬਾਈ ਦੀ ਗੱਡੀ ਟੂ ਮੱਚ ਗੰਦੀ ਸੀ ਤਵਾਉਣ ਆਈ ਗਏ ਮੁੰਡੇ ਕਹਿੰਦੇ ਬਾਰੋ ਬਾਰੋ ਧਵਾ ਲੈਣੇ ਠੀਕ ਰਹੂਗਾ ਅੰਦਰ ਦਾ ਔਖਾ ਗਾਗਾ ਉਹ ਟਾਈਮ ਯਾਰ ਜ਼ਿਆਦਾ ਲੱਗ ਜਾਂਦਾ ਟਾਈਮ ਐਕਚੁਅਲੀ ਸਾਡੇ ਕੋਲ ਹੈ ਨਹੀਂ ਸੀ ਮੇਰੇ ਵਾਲੀ ਗੱਡੀ ਅਸੀਂ ਲਾਈਟਾਂ ਵਾਸਤੇ ਲਾ ਕੇ ਆਏ ਸੀ ਉਹ ਵੀ ਬਕੰਦਰ ਕਹਿੰਦਾ 1.5 ਘੰਟਾ ਲੱਗੂ ਉਹਨੇ ਟਾਈਮ ਹੈ ਬਹੁਤ ਲਾਤਾ ਲਾਈਟਾਂ ਕਹਿੰਦਾ 1.5 ਘੰਟਾ ਲੱਗੂ ਮੋਖਾ ਕਮਾਲ ਦੀ ਗੱਲ ਹੈ ਯਾਰ ਲਓ ਜੀ ਕਾਵਦੀ ਬਾਈ ਨੇ ਆਪਣੇ ਨੇ ਗੱਡੀ ਸਾਫ਼ ਕਰਾ ਲਈ ਆ ਹੁਣ ਓਕੇ ਰਿਪੋਰਟ ਹੋ ਗਈ ਹੁਣ ਆਪਾਂ ਚੱਲਦੇ ਆ ਲਾਈਟਾਂ ਵਾਲੇ ਇਹਨੇ ਮੋਡੀਫਿਕੇਸ਼ਨ ਦੇ ਪੰਗੇ ਪਹਿਲਾਂ 15 ਮੀਟਰ ਤਾਰ ਮਗਾਈ ਫਿਰ ਹੁਣ ਕਹਿੰਦਾ 7 ਮੀਟਰ ਹੋਰ ਲਿਆ ਸਵੇਰ ਦਾ ਇਹ ਬੰਦਾ ਸਾਡੀ ਇਹੀ ਚੀਜ਼ ਵਿਸੇ ਭਕਾਈ ਕਰਾਈ ਜਾਂਦਾ ਐਂਡ ਫਾਈਨਲੀ ਵੀ ਗਾਟ ਦਾ ਕਾਰ ਬਹੁਤ ਮੁਸ਼ਕਿਲ ਨਾਲ ਇਹਦੇ ਲੱਟਾਂ ਚਲਦੀਆਂ ਕਰਾਈਆਂ ਨੇ ਪਰ ਹਲੇ ਵੀ ਉਹ ਪ੍ਰੋਪਰ ਫਿਟਿੰਗ ਨਹੀਂ ਆਈ ਹਲੇ ਉਹ ਕਹਿੰਦਾ ਆਉਂਦਾ ਜਾਂਦਾ ਕਰਾ ਕੇ ਲੈ ਜੀ ਫਿਰ ਮੈਨੂੰ ਜਲਦੀ ਸੀ ਮੈਂ ਇੱਧਰ ਮੁੰਡੇ ਨੂੰ ਕਿਹਾ ਹੋਇਆ ਸੀ ਵੀ ਤੇਰੇ ਕੋਲ ਆਪਾਂ ਟਿੰਟ ਕਰਾਉਣ ਆਵਾਂਗੇ ਤੇ ਉਹ ਬੁਲਾ ਰਿਹਾ ਸੀ ਤਾਂ ਕਰਕੇ ਮੈਂ ਕਿਹਾ ਪਹਿਲਾਂ ਟਿੰਟ ਕਰਾ ਲਈ ਐਂਡ ਦੈਨ ਵੀ ਵਿਲ ਕਰਾ ਲਾਂਗੇ ਉਹ ਸਹੀ ਕੋਈ ਚੱਕਰ ਨਹੀਂ ਲਓ ਜੀ ਆਪਾਂ ਪਹੁੰਚ ਚੁੱਕੇ ਆ ਮੈਰੀ ਗੋਲਡ ਦੇ ਹੁਣ ਇਹਨਾਂ ਦੇ ਫਿਲਮ ਕਰਾਉਣੀ ਆ ਫਿਰ ਉਦੋਂ ਬਾਅਦ ਦੇਖਦੇ ਆ ਕੀ ਬਣਦਾ ਅੱਜ ਕੁਝ ਨਵਾਂ ਟਰਾਈ ਕਰਨ ਦੀ ਸੋਚ ਰਿਹਾ ਮੈਂ ਹੇਅਰ ਸਟਾਈਲ ਚੇਂਜ ਕਰ ਰਿਹਾ ਪਹਿਲੀ ਗੱਲ ਬਹੁਤ ਯਾਰ ਵਾਲ ਬਹੁਤ ਰਫ ਹੋਏ ਪਏ ਨੇ ਆ ਮੇਰੇ ਹੇਅਰ ਸਟਾਈਲ ਤੇ ਮੁੰਡਾ ਹੱਸ ਰਿਹਾ ਹੁੰਦਾ ਪਰ ਨਹੀਂ ਕਰਨਾ ਜ਼ਰੂਰੀ ਆ ਸੀਰੀਅਸਲੀ ਬਹੁਤ ਰਫ ਹੋਏ ਪਏ ਨੇ ਅੱਜ ਮੈਂ ਸਵੇਰ ਤੱਕ ਕਿਆ ਪਿਆ ਇੱਕ ਗਰਮੀ ਬਹੁਤ ਜ਼ਿਆਦਾ ਯਾਰ ਛੋਟੇ ਕਰਾਉਣ ਦੀ ਸੋਚ ਰਿਹਾਗਾ ਵੈਸੇ ਵੀ ਇੰਨਾ ਕੋਈ ਕੰਮ ਤਾਂ ਹੈ ਨਹੀਂ ਵੱਡੇ ਵਾਲਾਂ ਦਾ ਕੋਈ ਵਿਆਹ ਨਹੀਂ ਆ ਰਿਹਾ ਕੁਝ ਹੋਰ ਨਹੀਂ ਛੋਟੇ ਕਰਾ ਲੈਣੇ ਆ ਓਕੇ ਲੱਗੂ ਨਾ ਗੰਜ ਨਹੀਂ ਕਹਿ ਸਕਦੇ ਬਰੋ ਉਹਨੂੰ ਹੇਅਰ ਸਟਾਈਲ ਆ ਉਹ ਲਓ ਵੀਰੇ ਲਾਸਟ ਵਾਰ ਆ ਵੱਡੇ ਵਾਲਾਂ ਦੀ ਲੁੱਕ ਦੇਖ ਲਓ
ਆ ਮੁੰਡਿਆਂ ਦੇ ਕਹਿਣ ਤੇ ਆਪਾਂ ਹੁਣ ਛੋਟੇ ਕਰਾਉਣ ਲੱਗੇ ਵਾਲਾਂ ਚ ਉਹ ਨਹੀਂ ਯਾਰ ਬਹੁਤ ਤੰਗ ਕੀਤਾ ਵਾਲ ਤੰਗ ਕਰ ਰਹੇ ਨੇ ਐਕਚੁਅਲੀ ਰਫ ਵੀ ਹੋਏ ਪਏ ਨੇ ਨਾ ਇੱਕ ਅੱਧੀ ਵਾਰ ਛੋਟੇ ਕਰਾ ਲੈਣੇ ਚਾਹੀਦੇ ਨੇ ਬੰਦੇ ਨੂੰ ਸਾਲ ਚ ਵੀਰੇ ਆ ਬੰਦੇ ਨੂੰ ਅਸੀਂ ਕਿਹਾ ਵੀ ਸਾਨੂੰ ਪਾਣੀ ਦੀ ਬੋਤਲ ਭਰ ਕੇ ਲਿਆ ਦੇ ਇਹ ਭਰ ਕੇ ਬਾਈ ਜੀ ਫਰਿੱਜ ਚ ਲਾਇਆ ਏ ਉਹ ਵੀਰੇ ਅਸੀਂ ਮੰਗਾਈ ਤਾਂ ਸੀ ਵੀ ਹੁਣ ਪੀਣਾਗਾ ਅਸੀਂ ਬੋਤਲ ਤਾਂ ਲਿਆਇਆ ਵੀ ਗਲਾਸ ਚ ਥੋੜਾ ਥੋੜਾ ਲਿਆਏਗਾ ਬੋਤਲ ਤੁਸੀਂ ਠੰਡਾ ਤਾਂ ਠੀਕ ਆ ਫਰਿੱਜ ਚ ਲਾ ਦੀ ਤੂੰ ਹੱਦ ਕਰਦਾ ਯਾਰ ਕਹਿੰਦਾ ਜਾਲ ਲੱਗੇ ਲੈ ਜਾਓ ਪਾਣੀ ਹੁਣ ਪੀਣਾਗਾ ਲਓ ਜੀ ਨਿਊ ਹੇਅਰ ਸਟਾਈਲ ਬਾਈ ਬਲੌਗ ਬਣਾ ਰਿਹਾ ਵਿੱਚ ਚੁੱਪ ਕਰ ਜਾਏਗਾ ਦੋ ਮਿੰਟ अपना न्यू हेयर स्टाइल बड़े बालों तो बोर हो चुके से हूँ मैं क्या चलो बाकी यार गर्मी आ रही है अज मैं बहुत ज्यादा दुखी होया गर्मी च एक गड्डी का यार काम करवाना इज इक्वल टू बहुत ज्यादा स्ट्रेस बलैरो का कोई समान नहीं मिलता मेन गल ये सारा कुछ मॉडिफाइड होंगे सारा कुछ आ बंदा भाई ये कहता मैं घरे काम है ये घरे जा रहा है ਇਹਨੇ ਪ੍ਰੋਮਿਸ ਕੀਤਾ ਮੈਨੂੰ ਵੀ 2 ਘੰਟੇ ਚ ਵਾਪਸ ਆ ਜਾਊ ਇਹ ਬੰਦੇ ਦਾ ਬਾਕੀ ਤੁਹਾਨੂੰ ਪਤਾ ਹੀ ਹੈ ਟਰਸਟ ਇਹਦੇ ਨਾਲ ਬਹੁਤ ਟਰਸਟ ਇਸ਼ੂਸ ਨੇ ਵੀਰੇ ਫੋਨ ਚੱਕਰ ਹਟ ਜਾਂਦਾ ਪਹਿਲਾ ਵਲੌਗ ਚ ਸੱਚੀ ਸੌ ਲੱਗੇ ਤੋਂ ਵਲੌਗ ਬਣਾਵਾ ਉਦੋਂ ਹੀ ਬੰਦਾ ਫੋਨ ਚੱਕਦਾ ਨਹੀਂ ਫੋਨ ਹੀ ਨਹੀਂ ਚੱਕਦਾ ਹੈਗਾ ਇਹਨੂੰ ਹੁਣ ਘੰਟੇ ਦਾ ਪ੍ਰੋਮਿਸ ਕਰਕੇ ਜਾ ਰਿਹਾ ਸਾਰਿਆਂ ਦੇ ਸਾਹਮਣੇ ਠੀਕ ਹੈ ਨਾ ਯੈਸ ਹੁਣ ਠੀਕ ਹੈ ਵੈਸੇ ਮੈਨੂੰ ਲੱਗਦਾ ਆਪਾਂ ਨੂੰ ਫਰੰਟ ਵੀ ਕਰਾਉਣਾ ਚਾਹੀਦਾ ਹੈ ਆਈ ਥਿੰਕ ਸੋ ਕਿਉਂਕਿ काफ़ी ज़्यादा विजिबल है वो बिच की बट इधरों ऑलराइट आ मैं सोच रहा ज़्यादा करा ला देखते हैं बाकी मैंने पहले ऐसी 50% बहुत होंगी है तो बहुत लाइट आ यार बहुत ज़्यादा लाइट ये तो ज़्यादा टेंटड चाहिए से आपां नूं चल कोई नहीं दोबारे देखा दोबारे ट्राई करा सब लिए एक सलाह भाई ये देखो जिहड़ा टेंट है ये तुसीं आपदे रिस्क ते कराओ ठीक है ये कोई लीगल चीज़ नहीं है कि ये बिल्कुल इलीगल चीज़ आ ये जस्ट मैं फॉर प्राइवेसी रीजनस कराया बट वो भी मैं सैटिस्फाइड नहीं है यह बिल्कुल अं लगता भी ओरिजिनल है थोड़ा बहुत फर्क है तो ता करके मैं सोच रहा भी 70% करा लिए फिलहाल 50 सी जे मेरा कोई होर यार दोस्त या वीर भाई 50% फिल्म कराने की सोच रहा तो देख लो भी इन्ना की ब्लैक होंदा गा सो बैटर है आप 70 से मूव करिए इफ जे प्राइवेसी वाला काम है तो बाकी उही गल आपके रिस्क तो तुम करा सकते हो भाई कोई चक्कर नहीं है आप आपके रिस्क से कराओ आप कोई इन प्रमोट नहीं करते कोई ये बारे बोलते नहीं है भी हाँ टेंट कराओ ये वो आपके रिस्क से भी तुम करा सकते हैं चलान भर सकते हैं तो करा लो कोई चक्कर लो भाई घाव दिया वादे का पक्का निकलिया मुंडा ये आ चुके है अज जमा टाइम से पहुंचा गा शाम हुई पी है हम देखते हैं कोई वीडियो वूडियो बनाने का शूट करने का मूड से एक्चुअली साडा करके असी शाम होने का वेट कर रहे थे हूँ आ चुके खाना कुछ है पहला कुछ खा लें फिर देख दे तो बाद देख लेंगे ठीक है जिंदगी काफी रिलैक्सिंग टॉर ना पे ने ना कोई टेंशन ना कुछ होर इको पिया गा इन्हों चक्कर नहीं है कोई नहीं आ टॉर ना पे ने गड्डी पता नहीं की मैं हैरान हाँ पूरा बेड बना रखे तेरे यार ने कहना कुछ खा पी के जाना घरे तंग नहीं करते रोटी पिछे घाव दिया कहना मैं वधिया बंदा गा कहना मैं तंग नहीं करूंगा रोटी पिछे एक बार तुम गड्डी चेक कर लो आ नीचे नीले रंग दी हो गई यार फिल्म ने सैटिस्फाई नहीं किया बाकी गड्डी थोड़ी जित भावन वाली है धो तो के एक बार तो पूरी ओके लगू क्यों घाव दी बाकी वीडियो वूडियो बना के आएंगे इंस्टाग्राम पर फॉलो कर लो वो पोस्ट करते रहने कुछ ना कुछ इधर थोड़ा हले यूट्यूब कहीं घट चल रहा है इधर भी कर लगा डेली पोस्ट देखा डेली ब्लॉगिंग बारे अगर सोचा हले होर कम नहीं ठीक आते कम ही बहुत रहने यार चलो हूँ जाने खा पी के बस घर जाने गुड नाइट गाइज बाय बाय ते एक आप थोड़ा लेट हो रहे सी रूट्स दे हॉर्न अपने मिस हो गए वो देखते हैं किसी दिन होर जिते टाइम मिले लवाने यार फिल्म वाले ने बहुत लेट करवाता नाले सैटिस्फाई नहीं हो फायदा कोई होया यही पंगे ने मॉडिफिकेशन दे बंदा मॉडिफाई करवाता कई बार सैटिस्फाई नहीं होंदा पैसे बहुत खराब होंदे यार ये चीज़ा दे वैसे तो यह वधिया चीज़ा है नहीं करनिया पर कोई नहीं एट यूर ओन रिस्क तुम कर सकते हो जे थोड़ी चलती है माड़ी मोटी शहर ची चीज़ा कर सकते हो टेंट करा लो जो मर्जी करा लो लो जी घाव दिया चलिया हूँ खा पी के ओके बई ठीक है घाव दिए मिलते हैं फिर है
मैं भी घर चलिया बहुत टाइम हो गया हूँ घरे जाने लेट बहुत हो गए खा पी लिया हूँ घरे जाके चल मैं तेन तंग नहीं करते रोटी पिछे।